ਸ਼੍ਰੀ ਰਾਮ ਭਗਤਾਂ ਦੇ ਹੱਥ ਵਿੱਚ ਜੋ ਤੁਸੀਂ ਪੱਥਰ ਦੇਖ ਰਹੇ ਹੋ, ਇਹ ਕੋਈ ਮਾਮੂਲੀ ਪੱਥਰ ਨਹੀਂ, ਬਲਕਿ ਰਾਮ ਸੇਤੂ ਦਾ ਹੀ ਕੰਗ ਹੈ। ਉਹੀ ਰਾਮ ਸੇਤੂ ਜਿੱਥੇ ਪੱਥਰਾਂ ਦੇ ਉੱਤੇ ਸ਼੍ਰੀ ਰਾਮ ਦਾ ਨਾਮ ਲਿਖ ਕੇ ਉਹਨਾਂ ਨੂੰ ਸਮੁੰਦਰ 'ਚ ਤਾਰਿਆ ਗਿਆ ਸੀ, ਅਤੇ ਇਹ ਪੱਥਰ ਡੁੱਬੇ ਨਹੀਂ ਸੀ। ਇਹਨਾਂ ਪੱਥਰਾਂ ਦੀ ਮਦਦ ਨਾਲ ਹੀ ਸਮੁੰਦਰ 'ਤੇ ਪੁਲ ਬਣਾਇਆ ਗਿਆ ਸੀ। ਉਸੇ ਪੁਲ ਦਾ ਹੀ ਇਹ ਇੱਕ ਅੰਗ ਹੈ ਜਿਸਨੂੰ ਹੁਣ ਲੁਧਿਆਣਾ ਦੇ ਮੰਦਿਰ ਦੇ ਵਿੱਚ ਸਥਾਪਿਤ ਕੀਤਾ ਗਿਆ ਹੈ, ਤਾਂ ਜੋ ਰਾਮ ਭਗਤ ਇਸ ਦੇ ਦਰਸ਼ਨ ਕਰ ਸਕਣ। 22 ਜਨਵਰੀ ਤੱਕ 31 ਹਵਨ ਯੱਗ ਦੇ ਨਾਲ ਭਗਵਾਨ ਰਾਮ ਦੇ ਸਾਰੇ ਹੀ ਭਗਤ ਇਸ ਰਾਮ ਸੇਤੂ ਦੇ ਅੰਗ ਦੇ ਦਰਸ਼ਨ ਕਰ ਸਕਣਗੇ। ਦੱਸ ਦਈਏ ਕਿ ਅਯੋਧਿਆ ਦੇ ਵਿੱਚ ਰਾਮ ਮੰਦਿਰ ਦੀ ਤਰਜ਼ 'ਤੇ ਹੀ ਲੁਧਿਆਣਾ ਦੇ ਵਿੱਚ ਵੀ ਰਾਮ ਮੰਦਿਰ ਬਣਾਇਆ ਗਿਆ ਹੈ, ਜੋ ਹੂ ਬਹੂ ਅਯੋਧਿਆ ਦੇ ਰਾਮ ਮੰਦਿਰ ਦੀ ਤਰ੍ਹਾਂ ਹੀ ਲੱਗਦਾ ਹੈ। ਇੱਕ ਵਾਰ ਨੂੰ ਤਾਂ ਤੁਸੀਂ ਵੀ ਭੁਲੇਖਾ ਖਾ ਜਾਓਗੇ, ਪਰ ਇਸ ਮੰਦਿਰ ਦੇ ਵਿੱਚ ਹੁਣ ਰਾਮ ਸੇਤੂ ਦੇ ਸੰਗ ਨੂੰ ਸਥਾਪਿਤ ਕੀਤਾ ਗਿਆ ਹੈ, ਤਾਂ ਜੋ ਰਾਮ ਭਗਤ ਇੱਥੇ ਆ ਕੇ ਇਸ ਦੇ ਦਰਸ਼ਨ ਕਰ ਸਕਣ। ਇਹਦੇ ਨਾਲ ਅਸੀਂ ਇਹ ਇੱਕ ਪ੍ਰਯਾਸ ਕੀਤਾ ਰਾਮ ਮੰਦਿਰ ਦਾ ਲੋਕਾਂ ਨੂੰ ਦਰਸ਼ਨ ਕਰਾਉਣ ਦਾ, ਡੰਡੀ ਸਵਾਮੀ ਗਊਸ਼ਾਲਾ ਗੋਲਕ ਉੱਥੇ ਅਸੀਂ ਇਹ ਪ੍ਰੋਗਰਾਮ ਰੱਖਿਆ। 4 ਦਿਨ 17 ਤੋਂ 22 ਤੱਕ ਜੀ, 5 ਦਿਨ ਅਸੀਂ 17 ਨੂੰ ਰੱਥ ਯਾਤਰਾ ਕੱਢਣੀ, ਸ਼ੋਭਾ ਯਾਤਰਾ ਕੱਢਣੀ ਹੈ ਜੀ, ਅਤੇ 18 ਤੋਂ 22 ਤੱਕ ਉੱਥੇ ਅਸੀਂ ਗਊਸ਼ਾਲਾ 'ਚ 31 ਹਵਨ ਕੁੰਡ ਬਣਾਏ ਆ, ਜਿਹੜੇ 101 ਘੰਟਾ ਲਗਾਤਾਰ ਚੱਲੂਗਾ ਇੱਕ ਕੁੰਡ, ਬਾਕੀ ਕੁੰਡ ਸਵੇਰੇ 10 ਤੋਂ 11 ਤੱਕ ਅਲੱਗ ਅਲੱਗ ਤਰ੍ਹਾਂ ਦੇ ਲੋਕ ਇਹਦੇ 'ਚ ਹਵਨ ਕਰਨਗੇ ਜੀ। ਅਲੱਗ ਅਲੱਗ ਲੋਕ ਹਰ ਇੱਕ ਦਿਨ ਹਰ ਇੱਕ ਨਵਾਂ ਆਦਮੀ ਪਰਿਵਾਰ ਸਾਹਿਤ ਇਹਦੇ 'ਚ ਹਵਨ ਕਰੂਗਾ ਜੀ। ਅਤੇ ਜਿਹੜਾ ਰਾਮ ਸੇਤੂ ਦੀ ਤੁਸੀਂ ਗੱਲ ਕਹੀ ਆ, ਰਾਮ ਸੇਤੂ ਜਿਹੜਾ ਇਹ 2006 ਦੇ ਵਿੱਚ 7 ਦੇ ਵਿੱਚ ਜਦੋਂ ਸਾਰੇ ਭਾਰਤ 'ਚ ਹਿੰਦੂ ਮੁਸਲਿਮ ਰਾਈਟਸ ਹੋ ਰਹੇ ਸੀਗੇ, ਉਦੋਂ ਵਿਸ਼ਵ ਹਿੰਦੂ ਪਰਿਸ਼ਦ ਵਾਲਿਆਂ ਨੇ ਇਹ ਪੂਰੇ ਮੁਲਕ 'ਚ, ਪੂਰੇ ਹਿੰਦੁਸਤਾਨ 'ਚ ਇੱਕ ਅਭਿਆਨ ਚਲਾਇਆ ਸੀ, ਜਿਹਦੇ 'ਚ ਰਾਮ ਮੰਦਿਰ ਸੇਤੂ ਜਿਹੜਾ ਇਹਨੂੰ ਹਰ ਜਗ੍ਹਾ ਦਰਸ਼ਨਾਂ ਲਈ ਲੋਕਾਂ ਨੂੰ ਲੈ ਕੇ ਗਏ ਸੀਗੇ। ਉਹਦੇ 'ਚ ਉਹ ਲੁਧਿਆਣੇ ਵੀ ਲੈ ਕੇ ਆਏ। ਜਦੋਂ ਲੁਧਿਆਣੇ ਲੈ ਕੇ ਆਏ, ਉਹਨਾਂ ਨੇ ਆ ਕੇ ਬਾਲਾ ਜੀ ਸੰਘ ਪਰਿਵਾਰ ਜਿਹੜਾ ਜਿੰਦਲ ਜੀ ਦਾ ਕੀ ਨਾਂ ਇਹਨਾਂ ਦਾ, ਸੰਤਰਾਮ ਜਿੰਦਲ ਜੀ ਦੇ ਕੋਲੋਂ ਰੱਥ ਲੈ ਕੇ ਇਹਦਾ ਇਹਨੂੰ ਪੂਰੇ ਸ਼ਹਿਰ 'ਚ ਇਹਦੀ ਫੇਰੀ ਲਵਾਈ ਸੀ, ਲੋਕਾਂ ਨੂੰ ਦਰਸ਼ਨ ਦਿੱਤੇ ਸੀ ਇਹਦੇ, ਅਤੇ ਜਾਂਦੀ ਵਾਰੀ ਉਹ ਇਹਨੂੰ ਗਿਫਟ ਦੇ ਗਏ ਸੰਤ ਰਾਮ ਜੀ ਨੂੰ, ਅਤੇ ਹਰ ਸਾਲ 'ਚ 2-3 ਵਾਰੀ ਉਹ ਆਪਣੀ ਚੌਂਕੀ 'ਚ ਇਹਨੂੰ ਲੋਕਾਂ ਦੇ ਦਰਸ਼ਨਾਂ ਲਈ ਰੱਖਦੇ ਆ। ਅਸੀਂ ਉਹਨਾਂ ਕੋਲੋਂ ਬੇਨਤੀ ਕਰਕੇ, ਰਿਕੁਐਸਟ ਕਰਕੇ 5 ਦਿਨ ਲਈ ਇਹ ਰਾਮ ਸੇਤੂ ਉਹਨਾਂ ਕੋਲੋਂ ਲਿੱਤਾ ਜੀ, ਲੋਕਾਂ ਨੂੰ ਦਰਸ਼ਨ ਦਿਲਾਉਣ ਲਈ। ਇਹ ਅਸੀਂ ਆਪਣੇ ਉੱਥੇ ਜਿੱਥੇ ਗਊਸ਼ਾਲਾ 'ਚ ਲੋਕਾਂ ਨੂੰ ਹਵਨ ਕੁੰਡ ਕਰਵਾਉਣੇ ਆ, ਉੱਥੇ ਅਸੀਂ ਇਹ ਨਾਲ ਰੱਖਾਂਗੇ ਲੋਕਾਂ ਨੂੰ ਦਰਸ਼ਨ ਦੇਣ ਲਈ। ਅਸੀਂ ਉਹਦੇ ਅੰਦਰ ਇੱਕ ਸੀਤਾ ਮਈਆ ਦੇ ਘਰ ਤੋਂ, ਉਹਦੇ ਪੇਕਿਆਂ ਤੋਂ ਜਲ ਲੈ ਕੇ ਆਏ ਹਾਂ, ਜਿਹੜਾ ਲੋਕਾਂ ਨੂੰ ਚਰਨਾਮਤ ਦੇ ਰੂਪ 'ਚ ਦੇਵਾਂਗੇ। ਅਯੋਧਿਆ ਤੋਂ ਰਜ, ਜਿਹਨੂੰ ਮਿੱਟੀ ਕਹਿੰਦੇ ਆ, ਉਹਦਾ ਉਹ ਲੈ ਕੇ ਆਏ ਹਾਂ, ਉਹਦਾ ਤਿਲਕ ਕਰਾਵਾਂਗੇ। ਅਤੇ ਮੋਦੀ ਜੀ ਨੇ ਕਿਹਾ ਸੀ ਵੀ ਯਾਰ ਹਰ ਆਦਮੀ ਉੱਥੇ ਨਹੀਂ ਪਹੁੰਚ ਸਕਦਾ ਅਯੋਧਿਆ, ਤੁਸੀਂ ਆਪਣੇ ਆਪਣੇ ਸ਼ਹਿਰ 'ਚ ਇਹ ਕਰੋ। ਅਤੇ ਉਹ ਭਾਵਨਾ ਨੂੰ ਰੱਖ ਕੇ ਰੱਖਦੇ ਹੋਏ ਮੈਂ ਇਹ ਬੀੜਾ ਚੱਕਿਆ, ਮੈਂ ਅਤੇ ਮੇਰੇ ਸਾਥੀਆਂ ਨੇ ਇਹ ਬੀੜਾ ਚੱਕਿਆ, ਅਤੇ ਅਸੀਂ ਲੋਕਾਂ ਨੂੰ ਦਰਸ਼ਨ, ਜਿੰਨੇ ਵੱਧ ਤੋਂ ਵੱਧ ਲੋਕ ਹੋਣ ਇੱਥੇ ਲੁਧਿਆਣੇ ਦਰਸ਼ਨ ਕਰਨ, ਹਰ ਆਦਮੀ ਦੀ ਪਹੁੰਚ ਨਹੀਂ ਹੁੰਦੀ ਅਯੋਧਿਆ ਜਾਣ ਦੀ, ਅਤੇ ਅਸੀਂ ਉਹ ਪ੍ਰਯਾਸ ਕੀਤਾ ਜੀ ਇੱਥੇ। ਇਹ ਨਾਲ ਅਸੀਂ ਇਹ ਪਾਣੀ ਜਿਹੜਾ ਚਰਨਾਮਤ ਦੇ ਰੂਪ 'ਚ ਲੋਕਾਂ ਨੂੰ ਦੇਣਾ, ਅਤੇ ਰੱਜ ਟਿੱਕ ਜਿਹੜਾ ਟਿੱਕਾ ਲਗਾਉਣਾ ਉਹ ਲੈ ਕੇ ਆਏ ਹਾਂ ਜੀ।
ਅਤੇ ਇਹ ਸਾਰਾ ਕਰਦੇ ਹੋਏ ਅਸੀਂ ਇਹ ਪ੍ਰਯਾਸ ਕੀਤਾ ਡੰਡੀ ਸਵਾਮੀ ਜੀ ਮਹਾਰਾਜ ਦੇ ਨਾਲ ਰਲ ਕੇ ਉਹਨਾਂ ਨੂੰ ਬੇਨਤੀ ਕੀਤੀ ਵੀ ਮਹਾਰਾਜ ਤੁਸੀਂ ਵੀ ਨਾਲ ਲੱਗੋ ਸਾਡੇ, ਉਹਨਾਂ ਨੇ ਵੀ ਕੀਤਾ। ਮੈਂ ਇਹ ਸਾਰੇ ਲੁਧਿਆਣਾ ਵਾਸੀਆਂ ਨੂੰ ਇਹ ਬੇਨਤੀ ਕਰਦਾ ਵੀ ਵੱਧ ਚੜ੍ਹ ਕੇ ਇਹਦੇ 'ਚ ਭਾਗ ਲਓ, ਆਪਣੇ ਪਰਿਵਾਰ ਸਹਿਤ ਭਾਗ ਲਓ, ਕਿਉਂਕਿ ਇਹ ਸਾਨੂੰ 500 ਸਾਲਾਂ ਬਾਅਦ ਇਹ ਮੌਕਾ ਮਿਲਿਆ। 500 ਸਾਲ ਪਹਿਲਾਂ ਸਾਡਾ ਮੁਗਲਾਂ ਨੇ ਸਾਡਾ ਮੰਦਰ ਵਿਅਸਤ ਕਰਤਾ ਸੀਗਾ ਅਤੇ ਸਾਡੀਆਂ ਕਈ ਜਨਰੇਸ਼ਨਾਂ ਇਹਦੇ 'ਚੋਂ ਚਲੀਆਂ ਗਈਆਂ। ਇਹ ਸੋਚ ਸੋਚ ਕੇ ਸਾਨੂੰ ਕਦੋਂ ਰਾਮ ਮੰਦਰ ਦੇ ਦਰਸ਼ਨ ਹੋਣਗੇ, ਸਾਡਾ ਮੰਦਰ ਦੁਬਾਰਾ ਕਦੋਂ ਬਣੂਗਾ, ਲੇਕਿਨ ਨਹੀਂ ਬਣ ਸਕਿਆ ਕੁਛ ਕਾਰਨ ਵਸ਼। ਅੱਜ ਜਿਹੜੀ ਜਨਰੇਸ਼ਨ ਸਾਡੀ ਇੱਥੇ ਧਰਤੀ 'ਤੇ ਹੈਗੀ ਆ, ਸਾਡੇ ਵਾਲੀ ਜਿਹੜੇ ਆਪਾਂ ਤੁਸੀਂ ਲੋਕ ਸਾਰੇ ਇਕੱਠੇ ਹਾਂ, ਸਾਨੂੰ ਸਾਡੀ ਖੁਸ਼ਕਿਸਮਤੀ ਆ ਪ੍ਰਭੂ ਰਾਮ ਨੇ ਸਾਨੂੰ ਇੱਥੇ ਰੱਖਿਆ ਦਾ, ਇਸ ਕਰਕੇ ਵੀ ਇਹ ਅੱਜ ਸਾਨੂੰ ਮੌਕਾ ਦਿੱਤਾ ਇਹਦਾ ਮੰਦਰ ਦੇ ਦਰਸ਼ਨ ਕਰਨ ਦਾ ਅਤੇ ਨਾਲ ਇਹਦੇ 'ਚ ਆਪਣਾ ਯੋਗਦਾਨ ਪਾਉਣ ਦਾ। ਸਰ, ਜਿਸ ਤਰ੍ਹਾਂ ਰਾਮ ਸੇਤੂ ਕਿਹਾ ਗਿਆ ਸੀ ਕਿ ਉਸ ਸਮੇਂ ਮੰਦਰ ਦੇ ਬਣਾਇਆ ਪੁਲ ਬਣਾਇਆ ਗਿਆ ਸੀ, ਇੱਕ ਖਾਸ ਪੁਲ ਬਣਾਇਆ ਗਿਆ ਸੀ ਜਦੋਂ ਲੰਕਾ ਤੱਕ ਪਹੁੰਚ ਕਰਨੀ ਸੀ ਭਗਵਾਨ ਰਾਮ ਨੇ, ਕੀ ਉਹਦਾ ਹੀ ਅੰਸ਼ ਹੈ ਜੀ? ਉਹਦਾ ਹੀ ਅੰਸ਼ ਆ ਜੀ, ਇਹ ਉਹਦਾ ਹੀ ਇੱਕ ਹਿੱਸਾ ਜੀ। ਉਹ ਰਾਮ ਵਿਸ਼ਵ ਹਿੰਦੂ ਪਰਿਸ਼ਦ ਵਾਲਿਆਂ ਨੇ ਉਹਦੇ ਅੰਸ਼ ਲੈ ਕੇ ਪੂਰੇ ਹਿੰਦੁਸਤਾਨ 'ਚ ਘੁਮਾਏ ਸੀ, ਉਹ ਜਾਂਦੀਆਂ ਸਾਨੂੰ ਦੇ ਗਏ, ਅਸੀਂ ਉਹਨਾਂ ਦੇ ਵੀ ਰਿਣੀ ਹਾਂ, ਸਾਡੇ ਲੁਧਿਆਣਾ ਵਾਸੀਆਂ ਨੂੰ ਇਹਦੇ ਦਰਸ਼ਨ ਹੋਣਗੇ। ਲੋਕਾਂ ਨੇ ਟੀਵੀ ਦੇ ਵਿੱਚ ਹੀ ਦੇਖੇ ਸੀ ਜਾਂ ਲੋਕਾਂ ਨੇ ਸੁਣੀਆਂ ਸੀ, ਕਹਾਣੀਆਂ ਦੇ ਵਿੱਚ ਸੁਣਿਆ ਸੀ, ਲੱਗਦਾ ਕਿ ਲੋਕਾਂ ਵਾਸਤੇ ਇੱਕ ਕ੍ਰੀਏਟਿਵਿਟੀ ਆ ਜੀ ਇਹ। ਦੇਖੋ ਅੱਜ ਜਿਹੜੀ ਅਸੀਂ ਸੋਚ ਬਣਾਈ ਮਾਤਾ ਸੀਤਾ ਮਈਆ ਦੇ ਘਰ ਤੋਂ ਪਾਣੀ ਲੈ ਕੇ ਆਉਣ ਦੀ, ਚਰਨਾਮਤ ਦੇ ਰੂਪ 'ਚ ਦੇਣ ਦੀ, ਪ੍ਰਭੂ ਰਾਮ ਦੇ ਰੱਜ ਦੀ ਟਿੱਕਾ ਲਗਾਉਣ ਦੀ, ਇੱਕ ਪ੍ਰਯਾਸ ਆ ਜੀ। ਵਧੀਆ ਲੋਕਾਂ ਦੇ ਸੰਸਕਾਰ ਵਧੀਆ ਜਾਣ, ਲੋਕਾਂ ਨੂੰ ਵਧੀਆ ਸਿਸਟਮ ਮਿਲੇ, ਪ੍ਰਭੂ ਰਾਮ ਦੇ ਨੇੜੇ ਹੋਣ ਲੋਕ, ਇਹ ਅਸੀਂ ਪ੍ਰਯਾਸ ਕੀਤਾ ਜੀ ਇਹ ਸਾਰਾ। ਅਤੇ ਮੈਂ ਹਰ ਉਹ ਪਾਰਟੀ ਨੂੰ, ਪੋਲੀਟੀਕਲ ਪਾਰਟੀਆਂ ਨੂੰ, ਆਮ ਲੋਕਾਂ ਨੂੰ, ਹਰ ਧਰਮ ਨੂੰ ਇਹ ਕਹਿਣਾ ਚਾਹੁੰਦਾ ਵੀ ਯਾਰ ਆਪਣੇ ਆਪਣੇ ਚੀਜ਼ਾਂ ਤੋਂ ਉੱਠ ਕੇ, ਪਾਰਟੀਆਂ ਤੋਂ ਉੱਠ ਕੇ, ਆਪਣੇ ਧਰਮਾਂ ਤੋਂ ਉੱਠ ਕੇ, ਪ੍ਰਭੂ ਰਾਮ ਜਿਹਨੇ ਸਾਰੀ ਦੁਨੀਆ ਚਲਾਈ ਆ, ਜਿਹਨੇ ਸ੍ਰਿਸ਼ਟੀ ਚਲਾਈ ਆ, ਉਹਨਾਂ ਦੇ ਯੱਗ 'ਚ ਵੱਧ ਚੜ੍ਹ ਕੇ ਭਾਗ ਲਓ ਅਤੇ ਸਾਨੂੰ ਸਾਰਿਆਂ ਨੂੰ ਯੱਗ 'ਚ ਸੇਵਾ ਕਰਨ ਦਾ ਮੌਕਾ ਦਿਓ। ਧੰਨਵਾਦ ਜੀ। ਹੋਰ ਕੁਛ ਪੁੱਛਣਾ ਜੀ? ਥੈਂਕ ਯੂ।